ਤੁਸੀਂ ਹਾਲੀਵੁੱਡ ਦੀਆਂ ਫਿਲਮਾਂ 'ਚ ਵੱਡੇ ਵੱਡੇ ਜੀਵ ਜਾਣੀ ਕਿ ਐਨਾਕੋਂਡਾ ਨੂੰ ਜ਼ਰੂਰ ਦੇਖਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ ਧਰਤੀ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਪਾਇਆ ਜਾਣ ਵਾਲਾ ਸੱਪ ਕਿੰਨੇ ਫੁੱਟ ਦਾ ਹੈ ਤੇ ਕਿੱਥੇ ਰਹਿੰਦਾ ਹੈ? ਕੀ ਤੁਸੀਂ ਕਦੇ ਸੋਚਿਆ ਹੈ ਕਿ 1 ਇੰਚ ਛੋਟੀ ਜਿਹੀ ਦਿਸਣ ਵਾਲੀ ਮੱਕੜੀ ਵੀ 6 ਫੁੱਟ ਤੱਕ ਦੀ ਹੋ ਸਕਦੀ ਹੈ? ਇੰਨੀ ਵੱਡੀ ਮੱਕੜੀ ਆਖਰਕਾਰ ਰਹਿੰਦੀ ਕਿੱਥੇ ਹੈ? ਜ਼ਾਹਰ ਜੀ ਗੱਲ ਹੈ ਕਿ ਐਡੇ ਵੱਡੇ ਵੱਡੇ ਜੀਵ ਕਿਸੇ ਛੋਟੇ ਮੋਟੇ ਜੰਗਲ ਦੇ ਵਿੱਚ ਤਾਂ ਨਹੀਂ ਰਹਿੰਦੇ ਹੋਣਗੇ, ਤਾਂ ਫਿਰ ਇੰਨੇ ਵੱਡੇ ਵੱਡੇ ਜੀਵ ਆਖਰਕਾਰ ਰਹਿੰਦੇ ਕਿੱਥੇ ਨੇ? ਇਹ ਸਾਰੇ ਜੀਵ ਰਹਿੰਦੇ ਨਹੀਂ ਜੀ ਧਰਤੀ ਦੇ ਫੇਫੜੇ ਕਹੇ ਜਾਣ ਵਾਲੇ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ। ਐਮਾਜ਼ੋਨ ਦੇ ਜੰਗਲ ਬਹੁਤ ਬਹੁਤ ਜ਼ਿਆਦਾ ਵੱਡੇ ਨੇ। ਇਹਨਾਂ ਨੂੰ ਰੇਨ ਫੋਰੈਸਟ ਯਾਨੀ ਕਿ ਮੀਂਹ ਵਾਲੇ ਜੰਗਲ ਵੀ ਕਿਹਾ ਜਾਂਦਾ ਹੈ। ਐਮਾਜ਼ੋਨ ਦੇ ਜੰਗਲ ਇੰਨੇ ਵੱਡੇ ਅਤੇ ਇੰਨੇ ਵਿਸ਼ਾਲ ਨੇ, ਇੰਨੀ ਦੂਰ ਦੂਰ ਤੱਕ ਫੈਲੇ ਹੋਏ ਨੇ, ਇਸ ਕਰਕੇ ਵਿਗਿਆਨੀ ਇਸ ਦੇ ਸਿਰਫ ਕੁਝ ਕੁ ਪਰਸੈਂਟ ਹਿੱਸੇ ਨੂੰ ਹੀ ਜਾਣ ਸਕੇ ਨੇ। ਉਹ ਨਹੀਂ ਜਾਣਦੇ ਕਿ ਐਮਾਜ਼ੋਨ ਦੇ ਵਿਸ਼ਾਲ ਤੇ ਡਰਾਵਣੇ ਜੰਗਲ ਆਪਣੇ ਅੰਦਰ ਕਿੰਨੇ ਭੇਦਲ ਕੋਈ ਬੈਠੇ ਨੇ। ਐਮਾਜ਼ੋਨ ਦੇ ਜੰਗਲ ਇੰਨੇ ਜ਼ਿਆਦਾ ਵੱਡੇ ਨੇ ਕਿ ਇਹਨਾਂ ਦੀ ਆਪਣੀ ਇੱਕ ਅਲੱਗ ਦੁਨੀਆ ਹੈ, ਜਿੱਥੇ ਤੱਕ ਇਨਸਾਨਾਂ ਦੀ ਪਹੁੰਚ ਜਾਂ ਤਾਂ ਹੈ ਹੀ ਨਹੀਂ ਜਾਂ ਫਿਰ ਨਾ ਦੇ ਬਰਾਬਰ ਹੈ। ਜੇਕਰ ਸੱਚ ਕਹੀਏ ਤਾਂ ਅਸੀਂ ਇਹਨਾਂ ਜੰਗਲਾਂ ਬਾਰੇ ਕੁਝ ਜਾਣਦੇ ਹੀ ਨਹੀਂ ਹਾਂ। ਐਮਾਜ਼ੋਨ ਦੇ ਜੰਗਲਾਂ ਬਾਰੇ ਮੈਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸੂੰਗਾ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਤੇ ਪਰੇਸ਼ਾਨ ਹੋ ਜਾਓਗੇ ਕਿ ਆਖਰ ਇਹ ਜੰਗਲ ਇੰਨੇ ਭੇਦ ਭਰੇ ਤੇ ਡਰਾਵਣੇ ਕਿਵੇਂ ਨੇ। ਐਮਾਜ਼ੋਨ ਦੇ ਜੰਗਲਾਂ ਦੇ ਉੱਪਰ ਅਸੀਂ ਪਹਿਲਾਂ ਵੀ ਵੀਡੀਓ ਕਰ ਚੁੱਕੇ ਹਾਂ, ਉਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ, ਜ਼ਰੂਰ ਜਾ ਕੇ ਉਹ ਵੀਡੀਓ ਨੂੰ ਵੀ ਦੇਖਣਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਪਾਏ ਜਾਣ ਵਾਲੇ ਅਜੀਬੋ ਗਰੀਬ ਦਰਖਤ ਜਾਂ ਕਹੀਏ ਪੇੜ ਪੌਦਿਆਂ ਦੀ। ਵੈਸੇ ਤਾਂ ਇਹ ਜੰਗਲਾਂ ਦੇ ਵਿੱਚ ਲੱਖਾਂ ਕਰੋੜਾਂ ਪੇੜ ਪੌਦਿਆਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਤਾਂ ਨਾਰਮਲ ਹੁੰਦੇ ਨੇ, ਪਰ ਕਈ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਹਿਰੀਲੇ ਵੀ ਹੁੰਦੇ ਨੇ। ਇਹ ਤਾਂ ਸੀ ਜੀ ਇਕੱਲੀ ਜ਼ਹਿਰ ਦੀ ਗੱਲ। ਜਦੋਂ ਇਹ ਜੰਗਲ ਇੰਨੇ ਜ਼ਿਆਦਾ ਵਿਸ਼ਾਲ ਇੰਨੇ ਜ਼ਿਆਦਾ ਖਤਰਨਾਕ ਨੇ, ਤਾਂ ਇਸ ਦੇ ਵਿੱਚ ਪਾਏ ਜਾਣ ਵਾਲੇ ਪੇੜ ਪੌਦੇ ਕਿਵੇਂ ਨਾਰਮਲ ਹੋ ਸਕਦੇ ਨੇ? ਪਰ ਇੱਥੇ ਦਿਲਚਸਪ ਗੱਲ ਇਹ ਹੈ ਕਿ ਇਹ ਜੰਗਲ ਦੇ ਵਿੱਚ ਕੁਝ ਅਜਿਹੇ ਪੇੜ ਪੌਦੇ ਵੀ ਨੇ ਜਿਹੜੇ ਕਿ ਚੱਲ ਫਿਰ ਸਕਦੇ ਨੇ। ਜੇਕਰ ਤੁਸੀਂ ਫਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਤੁਸੀਂ ਫਿਲਮਾਂ ਦੇ ਵਿੱਚ ਤੁਰਨ ਫਿਰਨ ਵਾਲੇ ਦਰਖਤ ਜ਼ਰੂਰ ਦੇਖੇ ਹੋਣਗੇ, ਪਰ ਇਸ ਜੰਗਲ ਦੇ ਵਿੱਚ ਜਿਹੜੇ ਪੇੜ ਪੌਦੇ ਨੇ ਉਹ ਹਕੀਕਤ ਦੇ ਵਿੱਚ ਚੱਲਦੇ ਨੇ। ਇਹ ਗੱਲ ਅਸੀਂ ਨਹੀਂ ਬਲਕਿ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਕਈ ਸਾਲਾਂ ਤੋਂ ਰਿਸਰਚ ਕਰ ਰਹੇ ਵਿਗਿਆਨਿਕ ਕਹਿ ਰਹੇ ਨੇ। ਇਹਨਾਂ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਇਸ ਜੰਗਲ ਦੇ ਵਿੱਚ ਕਈ ਅਜਿਹੇ ਪੇੜ ਪੌਦੇ ਨੇ ਜਿਹੜੇ ਕਿ ਚੱਲਦੇ ਨੇ, ਪਰ ਇਹਨਾਂ ਦੀ ਚੱਲਣ ਦੀ ਸਪੀਡ ਬਹੁਤ ਘੱਟ ਹੈ। ਜਿਹੜੇ ਵਿਗਿਆਨਿਕ ਇਹਨਾਂ ਦਰਖਤਾਂ ਦੇ ਉੱਪਰ ਰਿਸਰਚ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਦਰਖਤ ਜਿੱਧਰ ਨੂੰ ਸੂਰਜ ਚੱਲਦਾ ਹੈ ਉਸ ਦਿਸ਼ਾ ਵੱਲ ਨੂੰ ਚੱਲਦੇ ਨੇ। ਇਸ ਦਰਖਤ ਦੀਆਂ ਜੜ੍ਹਾਂ ਸੂਰਜ ਦੀ ਰੋਸ਼ਨੀ ਦੇ ਹਿਸਾਬ ਦੇ ਨਾਲ ਅੱਗੇ ਨੂੰ ਫੈਲਦੀਆਂ ਨੇ ਤੇ ਇਸ ਦੀਆਂ ਪਿਛਲੇ ਵਾਲੀਆਂ ਜੜ੍ਹਾਂ ਆਪਣੇ ਆਪ ਖਤਮ ਹੁੰਦੀਆਂ ਜਾਂਦੀਆਂ ਨੇ। ਇਸ ਕਾਰਨ ਇਹ ਦਰਖਤ ਆਪਣੀ ਜਗ੍ਹਾ ਤੋਂ ਅੱਗੇ ਹੋ ਜਾਂਦੇ ਨੇ ਤੇ ਇਹ ਸਾਰਾ ਪ੍ਰੋਸੈਸ 1-2 ਦਿਨ ਦੇ ਵਿੱਚ ਨਹੀਂ ਹੁੰਦਾ, ਬਲਕਿ ਇਸ ਦੇ ਵਿੱਚ 3-4 ਮਹੀਨੇ ਲੱਗਦੇ ਨੇ। ਇਸ ਕਰਕੇ ਹੀ ਐਮਾਜ਼ੋਨ ਦੇ ਇਹਨਾਂ ਦਰਖਤਾਂ ਨੂੰ ਵਾਕਿੰਗ ਟ੍ਰੀ ਕਿਹਾ ਜਾਂਦਾ ਹੈ। ਜਿਹੜੇ ਇਹ ਦਰਖਤ ਹੁੰਦੇ ਨੇ ਕਾਫੀ ਜ਼ਿਆਦਾ ਜ਼ਹਿਰੀਲੇ ਵੀ ਹੁੰਦੇ ਨੇ। ਸਾਇੰਟਿਸਟ ਦੇ ਅਨੁਸਾਰ ਇਹ ਇਕੱਲੇ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਹੀ ਪਾਏ ਜਾਂਦੇ ਨੇ। ਹੁਣ ਮੈਂ ਤੁਹਾਨੂੰ ਐਮਾਜ਼ੋਨ ਦੇ ਕੁਝ ਅਜਿਹੇ ਹੋਰ ਪੇੜ ਪੌਦਿਆਂ ਬਾਰੇ ਦੱਸੂੰਗਾ ਜਿਨ੍ਹਾਂ ਨੂੰ ਦੇਖ ਕੇ ਅਤੇ ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਐਮਾਜ਼ੋਨ ਦੇ ਜੰਗਲਾਂ ਦੇ ਅੰਦਰ ਰਹਿਣ ਵਾਲੇ ਆਦੀਵਾਸੀਆਂ ਦੇ ਮੁਤਾਬਕ ਇਸ ਜੰਗਲ ਦੇ ਵਿੱਚ ਕੁਝ ਅਜਿਹੇ ਪੇੜ ਪੌਦੇ ਵੀ ਨੇ ਜਿਹੜੇ ਇਨਸਾਨ ਅਤੇ ਜਾਨਵਰਾਂ ਦਾ ਮਾਸ ਖਾਂਦੇ ਨੇ। ਇਹਨਾਂ ਪੌਦਿਆਂ ਨੂੰ ਆਦਮਖੋਰ ਕਿਹਾ ਜਾਂਦਾ ਹੈ। ਇਹ ਗੱਲ ਸੁਣਨ ਦੇ ਵਿੱਚ ਹਰ ਕਿਸੇ ਨੂੰ ਅਜੀਬ ਲੱਗਦੀ ਹੈ ਕਿ ਕਿਵੇਂ ਕੋਈ ਪੇੜ ਪੌਦਾ ਇਨਸਾਨ ਜਾਂ ਜਾਨਵਰਾਂ ਦਾ ਮਾਸ ਖਾ ਲਵੇਗਾ, ਪਰ ਇਹ ਸੱਚ ਹੈ। ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਪੇੜ ਪੌਦਿਆਂ ਦੀਆਂ ਕੁਝ ਅਜਿਹੀਆਂ ਪ੍ਰਜਾਤੀਆਂ ਵੀ ਪਾਈਆਂ ਜਾਂਦੀਆਂ ਨੇ। ਹੁਣ ਤੁਸੀਂ ਆਪ ਸੋਚੋ ਕਿ ਜਿਹੜੇ ਜੰਗਲ ਦੇ ਪੇੜ ਪੌਦੇ ਇੰਨੇ ਖਤਰਨਾਕ ਨੇ, ਉਸ ਜੰਗਲ ਦੇ ਵਿੱਚ ਹੋਰ ਕਿੰਨੀਆਂ ਖਤਰਨਾਕ ਚੀਜ਼ਾਂ ਰਹਿੰਦੀਆਂ ਹੋਣਗੀਆਂ। ਹੁਣ ਆਪਾਂ ਗੱਲ ਕਰਦੇ ਹਾਂ ਐਮਾਜ਼ੋਨ ਦੇ ਜੰਗਲਾਂ ਦੇ ਅੰਦਰ ਦੀ ਵਗਣ ਵਾਲੀ ਬੋਇਲਿੰਗ ਰਿਵਰ ਦੀ। ਐਮਾਜ਼ੋਨ ਦੇ ਜੰਗਲਾਂ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਜੰਗਲ ਮੰਨਿਆ ਜਾਂਦਾ ਹੈ, ਕਿਉਂਕਿ ਇੱਥੇ ਰਹਿੰਦੇ ਨੇ ਦੁਨੀਆ ਭਰ ਦੇ ਖਤਰਨਾਕ ਜੀਵ, ਜਾਨ ਲੈਣ ਵਾਲੇ ਜ਼ਹਿਰੀਲੇ ਪੌਦੇ, ਪਸ਼ੂ ਪੰਛੀ ਅਤੇ ਕੀਟ ਪਤੰਗੇ। ਜਾਨ ਲੈਣ ਦੇ ਮਾਮਲੇ ਦੇ ਵਿੱਚ ਇੱਥੋਂ ਦਾ ਪਾਣੀ ਵੀ ਕਿਵੇਂ ਪਿੱਛੇ ਰਹਿ ਸਕਦਾ ਹੈ? ਅਸੀਂ ਗੱਲ ਕਰ ਰਹੇ ਹਾਂ ਜੀ ਐਮਾਜ਼ੋਨ ਦੀ ਬੋਇਲਿੰਗ ਰਿਵਰ ਦੀ। ਇਹ ਨਦੀ ਦਾ ਪਾਣੀ ਹਮੇਸ਼ਾ ਉੱਬਲਦਾ ਰਹਿੰਦਾ ਹੈ ਤੇ ਇਸ ਪਾਣੀ ਦਾ ਤਾਪਮਾਨ 70-100 ਡਿਗਰੀ ਦੇ ਲਗਭਗ ਹੁੰਦਾ ਹੈ। ਇਹ ਨਦੀ ਬਿਲਕੁਲ ਐਮਾਜ਼ੋਨ ਦੇ ਜੰਗਲ ਦੇ ਵਿਚਕਾਰ ਦੀ ਲੰਘਦੀ ਹੈ। ਐਮਾਜ਼ੋਨ ਨਦੀ ਦਾ ਪਾਣੀ ਕਿਉਂ ਉੱਬਲਦਾ ਰਹਿੰਦਾ ਹੈ ਇਸ ਦੇ ਪੱਕੇ ਕਾਰਨਾਂ ਦਾ ਹਜੇ ਤੱਕ ਵੀ ਪਤਾ ਨਹੀਂ ਲੱਗ ਸਕਿਆ। ਐਮਾਜ਼ੋਨ ਦੇ ਜੰਗਲ ਇੰਨੇ ਜ਼ਿਆਦਾ ਵੱਡੇ ਨੇ, ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਇਹ ਜੰਗਲ ਪੂਰੇ 9 ਦੇਸ਼ਾਂ ਦੇ ਵਿੱਚ ਫੈਲੇ ਹੋਏ ਨੇ। ਇੰਨੇ ਵੱਡੇ ਜੰਗਲਾਂ ਦੇ ਵਿੱਚ ਵਿਗਿਆਨਿਕ ਸਦੀਆਂ ਤੋਂ ਰਿਸਰਚ ਕਰਦੇ ਆ ਰਹੇ ਨੇ। ਐਮਾਜ਼ੋਨ ਦੇ ਜੰਗਲਾਂ ਦੇ ਅੰਦਰ ਰਿਸਰਚ ਕਰ ਰਹੀ ਇੱਕ ਬ੍ਰਿਟਿਸ਼ ਵਿਗਿਆਨਿਕ ਨੇ ਇੱਥੇ ਇੱਕ ਅਜਿਹੇ ਜੀਵ ਨੂੰ ਦੇਖਿਆ ਜਿਹੜਾ ਅੱਧਾ ਇਨਸਾਨ ਵਰਗਾ ਸੀ ਤੇ ਅੱਧਾ ਬਾਂਦਰ ਵਰਗਾ ਸੀ। ਇਸ ਦਾ ਕੱਦ ਤਕਰੀਬਨ 12 ਫੁੱਟ ਸੀ ਤੇ ਇਹ ਨਸਲ ਨੂੰ ਮੈਰੀ ਕੌਕਸੀ ਕਿਹਾ ਜਾਂਦਾ ਹੈ। ਇਸ ਬ੍ਰਿਟਿਸ਼ ਵਿਗਿਆਨੀ ਨੇ ਦੱਸਿਆ ਕਿ ਜਦੋਂ ਐਮਾਜ਼ੋਨ ਦੇ ਜੰਗਲਾਂ ਦੇ ਕਾਫੀ ਅੰਦਰ ਰਿਸਰਚ ਕਰ ਰਹੀ ਸੀ, ਉਸ ਟਾਈਮ ਉਸ ਨੂੰ ਮੈਰੀ ਕੌਕਸੀ ਪ੍ਰਜਾਤੀ ਦਾ ਜਾਨਵਰ ਮਿਲਿਆ ਸੀ। ਬ੍ਰਿਟਿਸ਼ ਵਿਗਿਆਨੀ ਦੇ ਉੱਪਰ ਇਸ ਜੀਵ ਨੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਜਿਸ ਤੋਂ ਬਚਾਅ ਕਰਨ ਲਈ ਬ੍ਰਿਟਿਸ਼ ਵਿਗਿਆਨੀ ਨੇ ਆਪਣੀ ਰਾਈਫਲ ਦੇ ਨਾਲ ਧਰਤੀ ਦੇ ਉੱਪਰ ਕੁਝ ਫਾਇਰ ਕੀਤੇ, ਜਿਸ ਤੋਂ ਥੋੜਾ ਜਿਹਾ ਡਰ ਕੇ ਮੈਰੀ ਕੌਕਸੀ ਨਾਮ ਦਾ ਇਹ ਜੀਵ ਥੋੜੀ ਦੂਰ ਜਾ ਕੇ ਖੜ ਗਿਆ ਤੇ ਬ੍ਰਿਟਿਸ਼ ਵਿਗਿਆਨਿਕ ਨੇ ਇਹ ਦੱਸਿਆ ਕਿ ਜਿਹੜੇ ਮੈਰੀ ਕੌਕਸੀ ਹੁੰਦੇ ਨੇ ਜੰਗਲ ਦੇ ਵਿੱਚ ਝੁੰਡ ਬਣਾ ਕੇ ਰਹਿੰਦੇ ਨੇ ਤੇ ਜੰਗਲ ਦੇ ਵਿੱਚ ਇਹਨਾਂ ਦੀ ਆਪਣੀ ਇੱਕ ਬਸਤੀ
ਹੁੰਦੀ ਹੈ ਔਰ ਤੁਸੀਂ ਸਮਝ ਸਕਦੇ ਹੋ ਕਿ ਇਹ ਜੰਗਲ ਕਿੰਨਾ ਖੁੰਖਾਰ ਤੇ ਡਰਾਵਣਾ ਹੈ। ਐਮਾਜ਼ਨ ਦੇ ਜੰਗਲਾਂ 'ਚ ਪਾਏ ਜਾਣ ਵਾਲੇ ਇਕੱਲੇ ਪੇੜ ਪੌਦੇ ਹੀ ਖਤਰਨਾਕ ਨਹੀਂ ਹੁੰਦੇ, ਉੱਥੋਂ ਦੇ ਜੀਵ ਜੰਤੂ ਵੀ ਬਹੁਤ ਜ਼ਿਆਦਾ ਖੁੰਖਾਰ ਤੇ ਖਤਰਨਾਕ ਹੁੰਦੇ ਨੇ। ਕਿਹਾ ਜਾਂਦਾ ਹੈ ਕਿ ਐਮਾਜ਼ਨ ਦੇ ਜੰਗਲਾਂ ਦੇ ਵਿੱਚ ਕੁਝ ਅਜਿਹੇ ਸੱਪ ਪਾਏ ਜਾਂਦੇ ਨੇ ਜਿਹੜੇ ਕਿ ਧਰਤੀ ਦੇ ਹੋਰ ਵੀ ਕਿਸੇ ਕੋਨੇ ਤੇ ਨਹੀਂ ਮਿਲਦੇ। ਆਮ ਤੌਰ ਤੇ ਧਰਤੀ ਦੇ ਉੱਪਰ ਪਾਇਆ ਜਾਣ ਵਾਲਾ ਸਭ ਤੋਂ ਵੱਡਾ ਸੱਪ ਐਨਾਕੋਂਡਾ ਹੈ, ਜਿਸ ਦੀ ਜ਼ਿਆਦਾ ਤੋਂ ਜ਼ਿਆਦਾ ਲੰਬਾਈ 30 ਫੁੱਟ ਤੱਕ ਹੋ ਸਕਦੀ ਹੈ। ਪਰ 1908 ਦੇ ਵਿੱਚ ਐਮਾਜ਼ਨ ਦੇ ਜੰਗਲਾਂ ਦੇ ਅੰਦਰ ਸਰਚ ਕਰਨ ਗਈ ਵਿਗਿਆਨਕਾਂ ਦੀ ਇੱਕ ਟੀਮ ਨੇ ਦੱਸਿਆ ਹੈ ਕਿ ਉਹਨਾਂ ਨੇ ਇਹ ਜੰਗਲ ਦੇ ਅੰਦਰ ਤਕਰੀਬਨ 70 ਫੁੱਟ ਦਾ ਸੱਪ ਵੀ ਦੇਖਿਆ ਹੈ। ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਖਤਮ ਹੋ ਚੁੱਕੀ ਸੱਪਾਂ ਦੀ ਪ੍ਰਜਾਤੀ ਟੈਟਾਨੂਵਾ ਦਾ ਜਿਹੜਾ ਪਿੰਜਰ ਮਿਲਿਆ ਸੀ ਉਸ ਦੀ ਲੰਬਾਈ ਵੀ 42 ਫੁੱਟ ਸੀ, ਜਿਸ ਨੂੰ ਅੱਜ ਤੱਕ ਦਾ ਦੁਨੀਆ ਦਾ ਸਭ ਤੋਂ ਲੰਬਾ ਸੱਪ ਮੰਨਿਆ ਜਾਂਦਾ ਸੀ। ਪਰ ਵਿਗਿਆਨਕਾਂ ਦਾ ਐਮਾਜ਼ਨ ਦੇ ਅੰਦਰ 70 ਫੁੱਟ ਲੰਬਾ ਸੱਪ ਦੇਖਣਾ ਹੁਣ ਟੈਟਾਨੂਵਾ ਦੇ ਰਿਕਾਰਡ ਨੂੰ ਤੋੜ ਰਿਹਾ ਹੈ। ਇਹਨਾਂ ਵਿਗਿਆਨਕਾਂ ਦੀ ਟੀਮ ਤੋਂ ਬਿਨਾਂ ਹੋਰ ਵੀ ਕਈ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਐਮਾਜ਼ਨ ਦੇ ਜੰਗਲਾਂ ਦੇ ਅੰਦਰ 70 ਤੋਂ 75 ਫੁੱਟ ਲੰਬੇ ਸੱਪ ਦੇਖੇ ਨੇ। ਇਹ ਤਾਂ ਹੋਈ ਜੀ ਸੱਪਾਂ ਦੀ ਗੱਲ, ਐਮਾਜ਼ਨ ਦੇ ਜੰਗਲਾਂ ਦੇ ਅੰਦਰ ਇਕੱਲੇ ਸੱਪ ਹੀ ਨਹੀਂ ਜੋ ਇੰਨੇ ਜ਼ਿਆਦਾ ਖਤਰਨਾਕ ਨੇ, ਐਮਾਜ਼ਨ ਦੇ ਜੰਗਲਾਂ ਦੇ ਅੰਦਰ ਪਾਈਆਂ ਜਾਣ ਵਾਲੀਆਂ ਛੋਟੀਆਂ ਛੋਟੀਆਂ ਕੀੜੀਆਂ ਵੀ ਜਾਨਲੇਵਾ ਨੇ। ਐਮਾਜ਼ਨ ਦੇ ਜੰਗਲਾਂ ਦੇ ਅੰਦਰ ਪਾਈਆਂ ਜਾਣ ਵਾਲੀਆਂ ਛੋਟੀਆਂ ਛੋਟੀਆਂ ਕੀੜੀਆਂ ਜੇਕਰ ਕਿਸੇ ਇਨਸਾਨ ਨੂੰ ਕੱਟ ਲੈਣ ਤਾਂ ਉਸਦੇ ਗੋਲੀ ਲੱਗਣ ਜਿੰਨਾ ਦਰਦ ਹੁੰਦਾ ਹੈ। ਇਸ ਕਰਕੇ ਇਹਨਾਂ ਕੀੜੀਆਂ ਨੂੰ ਬੁਲਟ ਐਂਟ ਕਿਹਾ ਜਾਂਦਾ ਹੈ। ਜੇਕਰ ਇਹ ਕੀੜੀਆਂ ਕਿਸੇ ਇਨਸਾਨ ਦੇ ਲੜ ਜਾਂਦੀਆਂ ਨੇ ਤਾਂ ਉਹ ਇਨਸਾਨ 5 ਤੋਂ 6 ਦਿਨ ਦਰਦ ਦੇ ਨਾਲ ਤੜਫਦਾ ਰਹਿੰਦਾ ਹੈ। ਇੱਥੇ ਅਜਿਹੀਆਂ ਕੀੜੀਆਂ ਵੀ ਮੌਜੂਦ ਨੇ ਜੇਕਰ ਇਹ ਕਿਸੇ ਇਨਸਾਨ ਨੂੰ ਕੱਟ ਲੈਣ ਤਾਂ ਉਸਦੀ ਉਸ ਵਕਤ ਹੀ ਮੌਤ ਹੋ ਜਾਂਦੀ ਹੈ। ਇਹ ਤਾਂ ਸੀ ਜੀ ਕੀੜੀਆਂ ਦੀ ਗੱਲ, ਹੁਣ ਆਪਾਂ ਕਰਦੇ ਹਾਂ ਐਮਾਜ਼ਨ ਦੀਆਂ ਮੱਕੜੀਆਂ ਦੀ ਗੱਲ। ਇੱਥੇ ਕਈ ਲੋਕਾਂ ਦਾ ਕਹਿਣਾ ਹੈ ਕਿ ਐਮਾਜ਼ਨ ਦੇ ਅੰਦਰ 6 ਫੁੱਟ ਜਿੰਨੀਆਂ ਲੰਬੀਆਂ ਮੱਕੜੀਆਂ ਵੀ ਰਹਿੰਦੀਆਂ ਨੇ। ਇਹ ਮੱਕੜੀਆਂ ਸੱਚਮੁੱਚ 6 ਫੁੱਟ ਦੀਆਂ ਹੁੰਦੀਆਂ ਨੇ, ਇਹ ਗੱਲਾਂ ਦੇ ਹਜੇ ਤੱਕ ਦਾਅਵੇ ਹੋਏ ਨੇ, ਪਰ ਸਪਸ਼ਟ ਤਰੀਕੇ ਦੇ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਸ ਜੰਗਲ ਦੇ ਵਿੱਚ ਇਹ ਮੱਕੜੀਆਂ ਮੌਜੂਦ ਨੇ ਜਾਂ ਨਹੀਂ। ਪਰ ਇੰਨੇ ਖਤਰਨਾਕ ਜੰਗਲਾਂ ਦੇ ਵਿੱਚ ਅਜਿਹੇ ਜੀਵਾਂ ਦਾ ਪਾਇਆ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਇਹ ਜੰਗਲਾਂ ਦੇ ਵਿੱਚ ਹਜੇ ਤੱਕ ਵੀ ਇਨਸਾਨਾਂ ਦੀ ਪਹੁੰਚ ਲਗਭਗ ਨਾ ਦੇ ਬਰਾਬਰ ਹੈ। ਇਹ ਸਾਂਝੀ ਐਮਾਜ਼ਨ ਦੇ ਜੰਗਲ ਤੇ ਉਹ ਆਪਣੇ ਅੰਦਰ ਕਿਹੜੇ ਕਿਹੜੇ ਭੇਦ ਲੁਕੋਈ ਬੈਠਾ ਹੈ ਉਸ ਦੇ ਬਾਰੇ ਕੁਝ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੀਓ ਟੀਵੀ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।